ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਦਿਵਿਆ ਨੇਜਾ। ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਗੱਲ ਕਰਾਂਗੇ ਅੱਜ ਦੀ ਵੱਡੀਆਂ ਖਬਰਾਂ ਵੱਲ। ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਨਵਜੋਤ ਸਿੰਘ ਸਿੱਧੂ ਤੋਂ। ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਸਮਰਥਨ। ਨਾਲ ਹੀ ਉਹਨਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਪ੍ਰੈਸ ਵਾਰਤਾ ਕਰਦਿਆਂ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਗਈ। ਇਹ ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾ ਕੇ ਜੋ ਸਿੱਖਾਂ ਨੂੰ ਤੋਹਫਾ ਦਿੱਤਾ ਹੈ, ਸਿੱਖ ਉਸ ਤੋਹਫੇ ਨੂੰ ਕਦੀ ਵੀ ਭੁਲਾ ਨਹੀਂ ਪਾਣਗੇ। ਅਸੀਂ ਅੱਜ ਇੱਥੇ ਨਵਜੋਤ ਸਿੱਧੂ ਦਾ ਜਿਹੜਾ ਮਦਦ ਕਰਨ ਵਾਸਤੇ ਆਏ ਹਾਂ, ਹਮਾਇਤ ਕਰਨ ਵਾਸਤੇ ਆਏ ਹਾਂ, ਇਸ ਕਰਕੇ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸਿਕ ਸਥਾਨ ਹੈ ਕਰਤਾਰਪੁਰ ਸਾਹਿਬ, ਉਹਦੇ ਵਾਸਤੇ ਸਿੱਖ ਹੈ ਜਿਹੜਾ 47 ਤੋਂ ਲਗਾਤਾਰ ਹਰ ਰੋਜ਼ ਅਰਦਾਸ ਕਰਦਾ ਆ, ਅਤੇ ਉਹ ਅਰਦਾਸ ਨੂੰ ਜਿਹੜਾ ਫਲ ਲੱਗਿਆ ਆ 550 ਸਾਲਾਂ ਦੇ ਉੱਤੇ ਜਦੋਂ ਨਵਜੋਤ ਸਿੰਘ ਸਿੱਧੂ ਨੇ ਪਹਿਲ ਕੀਤੀ। ਯਤਨ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਬੰਦਿਆਂ ਨੇ ਕੀਤੇ, ਕਰਦੇ ਰਹੇ ਆਪਣੇ ਲੈਵਲ 'ਤੇ, ਪਰੰਤੂ ਉਹਨੂੰ ਫਲ ਜਿਹੜਾ ਆ ਉਹ ਲੱਗਿਆ, ਉਹਦੇ ਕਰਕੇ ਅਸੀਂ ਜਿਹੜਾ ਇੱਥੇ ਸਪੋਰਟ ਕਰਨ ਆਏ ਹਾਂ। ਔਰ ਇਹਦੇ ਨਾਲ ਜਿਹੜਾ ਇੱਕ ਜੀਓ ਪੋਲੀਟਿਕਸ ਦੇ ਵਿੱਚ ਮਹੱਤਤਾ ਹੈ ਇਸ ਖਿੱਤੇ ਦੇ ਵਿੱਚ, ਕਿਉਂਕਿ ਉਹਨਾਂ ਨੇ ਜਿਹੜਾ ਏਜੰਡਾ ਕਿਹਾ ਕਿ ਪੰਜਾਬ ਪਾਕਿਸਤਾਨ ਦੇ ਨਾਲ ਜਾਂ ਜਿਹੜੇ ਹੋਰ ਜਿਹੜੇ ਅਰਬ ਦੇ ਦੇਸ਼ ਨੇ ਉਹਨਾਂ ਨਾਲ ਸਾਡਾ ਇਸ ਖਿੱਤੇ ਦੇ ਰਾਹੀਂ ਵਪਾਰ ਖੁੱਲ੍ਹਣਾ ਚਾਹੀਦਾ ਆ। ਜੇ ਸਰਹੱਦਾਂ ਖੁੱਲ੍ਹਣਗੀਆਂ, ਅਟਾਰੀ ਵਾਹਗਾ ਬਾਰਡਰ ਇੱਥੋਂ ਖੁੱਲ੍ਹਦਾ ਆ, ਤਾਂ ਇਹਦੇ ਨਾਲ ਜਿਹੜਾ ਆ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਹੈ, ਪੰਜਾਬ ਦਾ ਕਿਸਾਨ ਹੈ, ਪੰਜਾਬ ਦਾ ਜਿਹੜਾ ਮਜ਼ਦੂਰ ਹੈ, ਉਹਦੇ ਕੋਲ ਜਿਹੜੇ ਵਧੇਰੇ ਉਹਦੇ ਵਿਕਾਸ ਲਈ, ਉਹਦੇ ਭਵਿੱਖ ਲਈ ਜਿਹੜਾ ਆ ਉਹ ਮੌਕਾ ਮਿਲੇਗਾ। ਅਸੀਂ ਇਸ ਵਾਸਤੇ ਜਿਹੜੇ ਆ ਬੇਨਤੀ ਕਰਨਾ ਹੈ ਕਿ ਇਹਨੂੰ ਵੋਟਾਂ ਦੇ ਵਿੱਚ ਸਫਲਤਾ ਬਖਸ਼ਣੀ ਚਾਹੀਦੀ ਹੈ। ਔਰ ਦੂਸਰਾ, ਨਾਲ ਦੀ ਨਾਲ ਜਿਹੜੇ ਲੋਕ ਮਾਫੀਆ ਦੇ ਨਾਲ ਕਿਸੇ ਤਰ੍ਹਾਂ ਇਨਵੋਲਵ ਰਹੇ ਨੇ, ਜਿਨ੍ਹਾਂ 'ਤੇ ਕੇਸ ਵੀ ਦਰਜ ਹੋ ਚੁੱਕੇ ਨੇ, ਜ਼ਮਾਨਤਾਂ 'ਤੇ ਬਾਹਰ ਨੇ, ਉਹਨਾਂ ਨੂੰ ਜਿਹੜਾ ਭਾਜ ਦੇਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਹੋਵੇ, ਪੰਜਾਬ ਇੰਨਾ ਜ਼ਿਆਦਾ ਪਿੱਛੇ ਜਾ ਚੁੱਕਿਆ ਹੋਵੇ, ਪਛੜ ਚੁੱਕਿਆ ਹੋਵੇ, 1 ਨੰਬਰ ਤੋਂ 16ਵੇਂ ਨੰਬਰ 'ਤੇ ਜਾ ਚੁੱਕਿਆ ਹੋਵੇ, ਤਾਂ ਉਦੋਂ ਜ਼ਰੂਰੀ ਹੈ ਕਿ ਉਹਨਾਂ ਦੇ ਹੱਕ ਵਿੱਚ ਖੜਨਾ ਚਾਹੀਦਾ। ਨਹੀਂ, ਬਹੁਤ ਮੁਕਾਬਲਾ ਬਹੁਤ ਸਖਤ ਹੈ, ਕਿਉਂਕਿ ਜਿੰਨੇ ਵੀ ਪੰਜਾਬ ਦੇ ਐਂਟੀ ਅਸੀਂ ਕਹੀਏ ਧਿਰਾਂ ਨੇ, ਉਹ ਉਹਨਾਂ ਦਾ ਇੱਕੋ ਹੀ ਏਜੰਡਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ 'ਚ ਹਰਾਇਆ ਜਾਵੇ। ਕਾਂਗਰਸ ਦੇ ਵਿੱਚ ਵੀ ਕੁਝ ਹੈਗੇ ਲੋਕ ਜਿਹੜੇ ਉਹਨੂੰ ਹਰਾਉਣਾ ਚਾਹੁੰਦੇ ਆ। ਅਸੀਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ, ਅਸੀਂ ਕਦੀ ਕਿਸੇ ਪਾਰਟੀ ਨਾਲ ਨਹੀਂ ਚੱਲੇ, ਨਾ ਹੀ ਅਸੀਂ ਕਿਸੇ ਪਾਰਟੀ ਦੇ ਨਾਲ ਮੈਂਬਰ ਰਹੇ ਹਾਂ। ਅਸੀਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਕਹਿੰਦੇ ਹਾਂ ਕਿ ਇਹਦੇ ਨਾਲ ਸਮਾਜ ਦੇ ਵਿੱਚ ਜਿਹੜਾ ਆ ਉਹ ਚੰਗਾ ਮੈਸੇਜ ਆਏਗਾ। ਇਹਦਾ ਜਿੱਤ ਹਾਰ MLA ਇੱਕ ਬਣੇ ਨਾ ਬਣੇ ਵਾਹਤਾ ਫਰਕ ਨਹੀਂ ਪੈਂਦਾ, ਪਰੰਤੂ ਇਹਦੇ ਨਾਲ ਮੈਸੇਜ ਦੁਨੀਆ ਭਰ ਦੇ ਉੱਤੇ ਜਿਹੜਾ ਜਾਣਾ ਹੈ। ਇਸ ਵਾਸਤੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਉਹ ਜਿਹੜਾ ਵੱਧ ਤੋਂ ਵੱਧ ਜਿਹੜਾ ਉਹਦੇ ਵੋਟਾਂ ਦੇ ਨਾਲ ਇੱਥੋਂ ਸਫਲ ਬਣਾਉਣਾ ਚਾਹੀਦਾ। ਹੁਣ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਸਿਆਸੀ ਹਾਲਾਤਾਂ ਦੀ, ਤੇ ਜਾਣਕਾਰੀ ਦੇ ਲਈ ਆਪਾਂ ਗੱਲ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਨਾਲ। ਡੱਲਾ ਜੀ, ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਦੇ ਸਿਆਸਤ ਨੂੰ ਇਸ ਵੇਲੇ? ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਸਿੱਖ ਜਥੇਬੰਦੀਆਂ ਅੱਜ ਖੜੀਆਂ ਹੋਈਆਂ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਅੱਜ ਇੱਕ ਮਾਰਚ ਕੱਢਤਾ, ਮੋਟਰਸਾਈਕਲ ਮਾਰਚ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ। ਉਹ ਕਹਿੰਦੇ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾ ਕੇ ਜੋ ਕੁਝ ਨਵਜੋਤ ਸਿੰਘ ਸਿੱਧੂ ਨੇ ਸਿੱਖ ਭਾਈਚਾਰੇ ਲਈ ਕੀਤਾ ਉਹਦਾ ਧੰਨਵਾਦ ਕਰਨਾ ਬਣਦਾ, ਅਤੇ ਉਹਨਾਂ ਨੇ ਤਾਂ ਖੁੱਲ੍ਹ ਕੇ ਐਲਾਨ ਕਰਤਾ ਵੀ ਸਾਡੀਆਂ ਵੋਟਾਂ ਨਵਜੋਤ ਸਿੰਘ ਸਿੱਧੂ ਨਾਲ। ਜਿਵੇਂ ਪੋਲੀਟੀਕਲ ਪਾਰਟੀਆਂ ਡੇਰੇ ਦੀਆਂ ਵੋਟਾਂ ਐਲਾਨ ਰਹੀਆਂ ਨੇ, ਡੇਰੇ ਤੋਂ ਮੰਗ ਕਰ ਰਹੀਆਂ ਨੇ ਵੀ ਡੇਰਾ ਸਾਨੂੰ ਸਮਰਥਨ ਦੇਵੇ, ਸੋ ਸਿੱਖ ਸਟੂਡੈਂਟ ਫੈਡਰੇਸ਼ਨ ਉਹਨਾਂ ਨੇ ਖੁੱਲ੍ਹ ਕੇ ਐਲਾਨ ਕਰਤਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹਨਾਂ ਦੇ ਪ੍ਰਧਾਨ ਨੇ ਰਾਜਵੀਰ ਸਿੰਘ ਗਿੱਲ, ਉਹਨਾਂ ਨੇ ਤਾਂ ਐਲਾਨ ਕਰਤਾ ਵੀ ਨਵਜੋਤ ਸਿੰਘ ਸਿੱਧੂ ਦੀ ਮਦਦ ਕੀਤੀ ਜਾਵੇ, ਇਹ ਉਹਨਾਂ ਨੇ ਕਹਿਤਾ। ਰਿੰਟੂ ਨੇ ਕਹਿਤਾ ਵੀ ਮਦਦ ਕਰੋ ਅਰਵਿੰਦ ਕੇਜਰੀਵਾਲ ਦੀ। ਔਰ ਇਹਦੇ ਨਾਲ ਨਾਲ ਇੱਕ ਹੋਰ ਬਹੁਤ ਵੱਡੀ ਉੱਥੇ ਜਥੇਬੰਦੀ ਹੈ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ। ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ 'ਚ ਸਮਰਥਨ ਦਿੱਤਾ। ਸੋ ਕੱਲ੍ਹ ਬੀਬੀ ਪ੍ਰਿਅੰਕਾ ਗਾਂਧੀ ਨੇ ਵੀ ਰੋਡ ਸ਼ੋਅ ਕੀਤਾ ਸੀ, ਔਰ ਨਵਜੋਤ ਸਿੰਘ ਸਿੱਧੂ ਦੇ ਈਸਟ ਹਲਕੇ ਦੇ ਮੈਂ ਕਈ ਪਿੰਡਾਂ ਦਾ ਵੀ ਦੌਰਾ ਕੀਤਾ। ਇੱਕ ਵੱਲਾ ਇਲਾਕਾ ਉੱਥੇ ਬਹੁਤ ਸੜਕਾਂ ਬਣਾਈਆਂ, ਪੁਲ ਬਣਾਏ ਨਵਜੋਤ ਸਿੰਘ ਸਿੱਧੂ ਨੇ, ਉੱਥੇ ਹਲਕੇ ਦੇ ਵਿੱਚੋਂ ਵੀ ਇੱਕ ਸੜਕ ਵੱਡੀ ਨਿਕਲਦੀ, ਪੁਲ ਇੱਕ ਬਣ ਰਿਹਾ, ਇੱਕ ਪੁਲ ਤਾਂ ਪਹਿਲਾਂ ਚੱਲਦਾ ਪਿਆ। ਸੋ ਨਵਜੋਤ ਸਿੰਘ ਸਿੱਧੂ ਡਿਵੈਲਪਮੈਂਟ ਦੇ ਏਜੰਡੇ 'ਤੇ ਲੜ ਰਿਹਾ। ਬਿਕਰਮ ਮਜੀਠੀਆ ਪਹਿਲੀ ਵਾਰੀ ਉੱਥੋਂ ਚੋਣ ਲੜ ਰਿਹਾ, ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਪਹਿਲੀ ਵਾਰੀ ਲੜ ਰਿਹਾ। ਪਿਛਲੀ ਵਾਰੀ ਅਕਾਲੀ ਦਲ ਅਤੇ BJP ਇਕੱਠੇ ਸੀ, 9 ਦੇ ਮਾਸ ਇੱਕ ਸੀ, ਐਤਕੀ 9 ਮਾਸ ਵੱਖਰਾ, 9 ਮਾਸ ਜਦੋਂ ਇੱਕ ਸੀ 17,000-18,000 ਵੋਟਾਂ ਕੁੱਲ ਪਈਆਂ ਸੀ ਅਕਾਲੀ ਦਲ ਨੂੰ ਅਤੇ BJP ਨੂੰ। ਇਸ ਵਾਰ ਅਕਾਲੀ ਦਲ ਵੱਖਰਾ, BJP ਵੱਖਰਾ। ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਵੀ 15,000 ਦੇ ਕਰੀਬ ਪਈਆਂ ਸੀ, ਐਤਕੀ ਉਮੀਦਵਾਰ ਉਹਨਾਂ ਦਾ ਵੀ ਨਵਾਂ। ਸੋ
नवजोत सिंह सिद्धू नूं कुल 62,000 तो ज़्यादा वोटां पईआं सी, 42,000 ते नवजोत सिंह सिद्धू जित्ते सी। बाकी ऐतकी देखदे आं, एक पासे सिद्धू है दूजे पासे सारे हैं जी, एक पासे सिद्धू दूजे पासे सारे, उहदे विच कई कांग्रसी भी है जिहड़े लुकवें विरोध कर रहे ने नवजोत सिंह सिद्धू दा, पर नवजोत सिंह सिद्धू भी डटिया होया, सारे उम्मीदवार डटे हुए हैं अपनी अपनी थां ते। बाकी हुण लोकां दी मुहब्बत किहनूं मिलदी है, देखो पता लगना 20 तरीक नूं जदों वोटां पैणियां, रिजल्ट आउणा 10 मार्च। अगे गल करांगे अमृतसर दी, अमृतसर दा मेयर करमजीत सिंह रिंटू आखिरकार आम आदमी पार्टी दे विच शामिल हो गया है। पार्टी कन्वीनर अरविंद केजरीवाल की मौजूदगी दे विच आम आदमी पार्टी विच शामिल हो गए हैं। तुहानू दस दिए कि इस दौरान करमजीत सिंह रिंटू दे नाल आप दे पंजाब च मुख्यमंत्री अहुदे दे उम्मीदवार अते संसद मैंबर भगवंत मान भी मौजूद सन। आप मुखी केजरीवाल ने मेयर करमजीत सिंह रिंटू दा पार्टी दे विच स्वागत करदे हुए कहा कि मैं अमृतसर दे मौजूदा मेयर करमजीत सिंह रिंटू जी दा आम आदमी पार्टी दे विच स्वागत करदा हां। उन्हां दे शामिल होण दे नाल पंजाब खास करके अमृतसर दे विच आप नूं हुलारा मिलेगा। अगे गल करांगे आम दे कौमी कन्वीनर अते दिल्ली दे मुख्यमंत्री अरविंद केजरीवाल ने भगवंत मान दे हक दे विच जलंधर कैंट विखे रोड शो नूं संबोधन कीता। तुहानूं दस दिए इस मौके ते आप दे समर्थकां च पूरा जोश अते भारी इकट्ठ देखण नूं मिलिया। अरविंद केजरीवाल ने जनता नूं संबोधन करदिआं कहा कि इस वार आप नूं वोट जरूर पायो। नाल ही भगवंत मान भी कहिंदे नजर आए कि आम आदमी पार्टी नूं वोट पाओ ताकि तुसीं अपने आप नूं वोट पा सको, यानी कि तुसीं जे आम आदमी पार्टी नूं वोट पाओगे तां तुसीं इह समझ के वोट पा सकदे हो कि तुसीं अपने आप नूं वोट पा रहे हो। देश दा झंडा दुबारा उच्चा चक्कण दा मौका तुहाडे कोल 20 तरीक नूं आ गया। झाड़ू वाला बटन दब के किनवे नंबर ते बटन अपना दूजे नंबर ते आउणा आपां नंबर ते आ। बड़ी समझदार गया, 20 तरीक नूं मौका है आपां अपने बच्चों की किस्मत बदलीए, 20 तरीक नूं मौका है आपां अपने पढ़े लिखे मुंडे कुड़ियां नूं नौकरियां दवाईए, 20 तरीक नूं मौका है ਆਪਾਂ ਆਪਣੇ ਬਜ਼ੁਰਗਾਂ ਦਾ ਇਲਾਜ ਕਰਵਾਈਏ ਵਧੀਆ ਸਸਤਾ, 20 ਤਰੀਕ ਨੂੰ ਮੌਕਾ ਹੈ ਬਿਜਲੀ 24 ਘੰਟੇ ਸਸਤੀ ਤੇ ਮੁਫਤ ਆਵੇ, ਇਹ 20 ਤਰੀਕ ਨੂੰ ਤੁਹਾਡੇ ਕੋਲੇ ਮੌਕਾ ਹੈ। ਬੜਾ ਕੁਛ ਪਹਿਲਾਂ ਝੱਲ ਲਿਆ, ਬਹੁਤ ਜਾਤੀਆਂ ਝੱਲੀਆਂ, ਲੁੱਟ ਕੇ ਖਾ ਗਏ, ਕੁੱਟਿਆ ਪੰਜਾਬ ਨੂੰ। ਸੋ ਵੀਰੋ 20 ਤਰੀਕ ਨੂੰ ਜਦੋਂ ਬਟਨ ਦਬੋਗੇ ਨਾ ਤਾਂ ਇਹ ਦੱਬ ਕੇ ਬਟਨ ਹੀ ਕਹਿ ਦਿਓ ਆ ਲਓ ਜੀ ਮੈਂ ਆਪਣੇ ਆਪ ਨੂੰ ਵੋਟ ਪਾਤੀ। ਹੁਣ ਤੁਹਾਨੂੰ ਅਗਲੇ 20 ਸਕਿੰਟ ਪਿਛਲੇ 70 ਸਾਲ ਦੀ ਕਈ ਪੀੜ੍ਹੀਆਂ ਦੀ ਪੜਾਸ ਕੱਢਣ ਦਾ ਮੌਕਾ ਦਿੱਤਾ ਜਾਊਗਾ। ਚੀਕਾਂ ਮਾਰ ਕੇ ਆਪਣਾ ਦੱਸ ਦਿਓ, ਕੱਢ ਲਓ। ਅਰਵਿੰਦ ਕੇਜਰੀਵਾਲ ਜੀ चुनाव में तैयार है ना सब लोग? कौन सा बटन दबेगा? गलती से तकड़ी तो नहीं दब जाएगी? गलती से पंजा तो नहीं दब जाएगा? दोस्तों इस बार चुनाव में ये बड़ा इंपॉर्टेंट चुनाव है, अपने को इस बार अपने लिए वोट डालना है, पंजाब की तरक्की के लिए वोट डालना है। अभी तक जब वोट डालने जाते थे अपने पास कोई चारा नहीं था, कोई विकल्प नहीं था, जितनी पार्टियां थी सारी भ्रष्ट पार्टियां थी। इस बार अपने पास ईमानदार पार्टी आई है, तो सारे जने उस दिन झाड़ू का बटन दबा के सुरेंद्र सोदी जी को यहां से एमएलए बनाना है और भगवंत मान को। अगर गल करांगे प्रधानमंत्री नरेंद्र मोदी दी, जो कि करोल बाग स्थित श्री गुरु रविदास धाम मंदिर पहुंचे। मोदी ने मंदिर पहुंच के मत्था टेकिया। पीएम मोदी ने प्रोग्राम दे मद्देनजर सुरक्षा दे सख्त प्रबंध कीते गए सी उत्थे। इस तो पहला पीएम मोदी ने मंगलवार नूं कहा कि रविदास जी ने जातिवाद अते छूतछात वर्गियां बुराइयां नूं खत्म करन लई अपना जीवन समर्पित कीता। प्रधानमंत्री नरेंद्र मोदी ने यह भी कहा कि मेरी सरकार ने हर कदम अते योजना दे विच गुरु रविदास जी दी भावना नूं ग्रहण कीता है।
हमारे विश्राम धाम मंदिर में सत्संग कीर्तन बहुत होता है, पूरे महीने होता है रविदास जयंती के समय, और हर हफ्ते होता है वीरवार के वीरवार। और वो प्रधानमंत्री आए, उन्होंने हमारे साथ बैठ के सत्संग भी करा और उनसे हमसे पूछा भी कि आप कितने करते हो, तो हमने कहा 4 घंटे हम पूरे एक करते हैं और एक महीने पूरा होता है, और हर हफ्ते वीरवार के वीरवार होता है। और हमारे साथ बैठ के उन्होंने भजन भी करा और बहुत अच्छा लगा, हमारे समाज को, हमारे गुरुजी को, हमारे मंदिर को। एक उन्होंने पहले प्रधानमंत्री थे जिन्होंने जो है ना यहाँ पे आकर इस तरह का हमें मान सम्मान दिया, हमें बहुत दिल से बहुत अच्छा लगा। बहुत मंदिर की सत्संग महिला मंडली की तरफ से मैं बोल रही हूँ, श्री देश के प्रधानमंत्री श्री नरेंद्र मोदी मंदिर में आए, हमारे मंदिर का की शोभा बढ़ाई, उन्होंने गुरुजी के चरणों में अपना शीश नवाया, गुरुजी ने उनको आशीर्वाद दिया, उससे श्री नरेंद्र मोदी भी धन्य हो गए गुरुजी की कृपा से। हमारी सत्संग मंडली में प्रधानमंत्री जी आके बैठे, उन्होंने हमारे साथ सत्संग कीर्तन में शामिल हुए, मंजीरा बजाया और सब हमसे पूछा आप कितने दिन से ये कर रहे हो, हमने कहा 1 महीना डेली 4 घंटे हमारा ये सत्संग भंडारा चलता है जी। बहुत ही सुंदर लगा और बहुत ही अच्छा लगा, क्योंकि हम लोगों को कल से ही जानकारी थी कि भाई प्रधानमंत्री जी आएंगे, क्योंकि दिल्ली पुलिस की सुरक्षा हो, एसपी जी की सुरक्षा हो, क्योंकि कल से ही सारा चाको चौक बंद हो रहा था यहाँ पे, और यहाँ पर लोग आ गए थे कल से ही, उन्होंने सारी बिल्डिंग की भाई किधर से कितने रास्ते हैं क्या है जो भी उनका सुरक्षा का प्रोटोकॉल है सारे को पूरा करते हुए, और हम लोगों के सानिध्य में, क्योंकि हम लोग रात भर भी जगे उनके उसमें, क्योंकि यहाँ पर भाई हम ही 2 लोग जिम्मेदार थे, हम और लक्ष्मी नारायण जी, तो हम उनको छोड़ कर कहीं अकेले जा भी नहीं सकते थे। पूरी रात मंदिर खुला हुआ था और सुरक्षा में हम लोग रहे, और पूरी तरीके से जब दिन में सुबह 9:30 बजे तो प्रधानमंत्री जी जो है अपने पूरे दल बल के साथ यहाँ पर आ करके पहुँचे और अंदर आए सीधा, जी जी मैं बता रहा हूँ, तो अंदर आए उन्होंने फिर जा कर के गुरु महाराज के चरणों में अरदास हमने लगवाई, अरदास लगाते हुए उनको पुष्प दिया गुरु महाराज के चरणों में अर्पित करने के लिए, और गुरु महाराज का जो भी पूजा पद्धति है उसके वाणियों का उच्चारण करते हुए मैंने जो भी गुरु महाराज का आशीर्वाद दिलवाया और उनको पुष्पांजलि के द्वारा उनके चरणों में पुष्प अर्पण कराए। उधर सुखबीर सिंह बादल हलका तूरी तो श्री श्री प्रकाश चंद गर्ग अकाली बसपा गठजोड़ दे सांझे उम्मीदवार दे हक दे विच चोण प्रचार ले पुजे। इस मौके ते उन्होंने अपनी पार्टी दियां प्राप्तियां गिणवाईयां, नाल दी नाल बाकी दी पार्टियां दे गंभीर इल्जाम लगांदे नजर आए। सुखबीर सिंह बादल ने बोलिया कि बाकी सियासी पार्टियां थानू सिर्फ अपने फायदे दे लई अपना लाहा लाण दे लई इस्तेमाल करदियां ने, अते जित्तण तों बाद मुड़ के कोई थानू पुछण भी नहीं आउंदा। असीं नौजवानां नूं जिम ते खेडां दा समान बणदे हुंदे सी, उह स्कीम बंद कर दित्ती। एससी परिवारां दे बच्चियां नूं असीं कॉलेजां विच मुफ्त पढ़ाउंदे स्कॉलरशिप राहीं, इन्हां कांग्रेस ने पिछले 5 साल बंद रखे आ। असी मुख्यमंत्री तीर्थ यात्रा चलाई, कांग्रेस सरकार आउण ते बंद हो गई। असी पशु मेले घोड़ियां दे मेले कराउंदे, इन्हां ने बंद कर दित्ते। वर्ल्ड कप कबड्डी कराउंदा, इन्हां ने बंद कर दित्ते। ते फिर कम की कीता इन्हां ने, एक निशानी थोनू याद नहीं होनी पिछले 5 सालां च एक भी कम कीता। जिन्ना कुछ भी पंजाब च बनया अकाली दल दी सरकारां ने बनाया। आ जिहड़ियां मंडियां च बैठे हो, 2200 तकरीबन मंडी है, 2100 तों वध मंडियां अकाली दल दीआं सरकारां ने बनाईआं। जिन्नियां कस्सियां ते नहरां 90% दीआं अकाली दल दी सरकारां ने बनाईआं। जिहड़ियां अपने 16 लाख ट्यूबवैल कनैक्शन है पंजाब च, 13.5 लाख श्रोमणी अकाली दल दी सरकार दे दौरान मिले। पहले ट्रैक्टरां दे टैक्स हुंदा सी, माफ कीता अकाली दल ने। ट्यूबवैलां दे बिल माफ कीते अकाली दल ने। मावला माफ कीता अकाली दल ने। आटा दाल स्कीम लियांदी अकाली दल ने। शगन स्कीम लियांदी अकाली दल ने। बजुर्गां दी पेंशन स्कीम लियांदी अकाली दल ने। ते फिर दूजियां पार्टियां की करदियां, वोटां लैके गायब हो जांदियां।
किते दिखाई नहीं दिंदियां। मैं पूछना चाहना, चार पार्टियां मैदान च एकती, तीन बाहरलियां, पंजाब दी, पंजाबियां दी, खालसा पंथ दी आन शान श्रोमणी अकाली दल कली है, पंजाबियां दी जिहड़ी लड़ रही है। अगे गल करांगे भगत श्री गुरु रविदास जी का 645वां गुरपुरब श्री दरबार साहिब मंजी साहिब दीवान हॉल दे विखे श्रोमणी गुरुद्वारा प्रबंधक कमेटी वालों उन्हां दे सहयोग दे नाल मनाया गया। थानू दस दईए जिथे श्री अखंड पाठ साहिब दे भोग उपरांत रूहानी गुरमति विचार होया ਅਤੇ ਕੀਰਤਨ ਦੀਵਾਨ ਸੱਜੇ। ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸੰਗਤ ਨੂੰ ਵਧਾਈ ਸੰਦੇਸ਼ ਦਿੱਤਾ। ਬਹੁਤ ਹੀ ਮਹਾਨ ਤੇ ਪਿਆਰੇ ਰੱਬੀ ਬੰਦਗੀ ਦੇ ਵਿੱਚ ਪੂਰਨ ਤੌਰ ਦੇ ਉੱਤੇ ਭਿੱਜੇ ਹੋਏ ਪਰਮੇਸ਼ਵਰ ਜੀ ਦੇ ਮਹਾਨ ਭਗਤ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ और मैं उन्हां दे इस महान जन्म दिहाड़े दियां समूह गुरु नानक नाम लेवा सिख संगत नू बहुत 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 बधाई दिंदा। बाबा रविदास जी ने जो संसार दे विच महान महामुरख ने उन्हां ने अपने बोलां दे राहीं अपने शब्दां दे राहीं एक वड्डी क्रांति जिहड़ी है वह पैदा की। उच्च जातीय ब्राह्मण जिहड़े बनारस की धरती के उत्ते इन्हां दा हमेशा जिहड़ा है वह तिरस्कार करन दा यतन करदे सी, लेकिन इन्हां ने बिल्कुल उन्हां दी परवाह नहीं कीती और उन्हां नूं ठोक बचा के उन्हां नूं निरुत्तर किया, उन्हां दे सवालों के जवाब दिते ते उन्हां दे जात अभिमान नूं बुरी तरह जिहड़ा है वह कुचल के रख दिता। ते एक अकाल पुरख की बंदगी भगती का महान उपदेश उन्होंने संसार दे विच वसन वाले लोगों नूं दिता। अज इहो कारण है कि अज इन्हां महापुरखां नूं सारे संसार दे विच याद किया जा रहा है। एक बारी फिर मैं इस महान परमेश्वर जी दे भगत बाबा रविदास जी महापुरख पुरखां नूं बहुत 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 इन्हां दे जन्म दिहाड़े दे उत्ते नानक नाम लेवा संगत को बधाई देना। वाहेगुरू जी का खालसा वाहेगुरू जी की। इस दे नाल ही पंजाब इस वेले दे विच इन्ना ही, दो इजाजत फिर हाजिर होवांगे। सत श्री अकाल।